ਅੱਛਾ ਵੀਰੋ ਬਾਹਰ ਆਣ ਦਾ ਜਿਹੜਾ ਨਾ ਮੈਂ ਉਹ ਬਹੁਤ ਤਕੜਾ ਸਪੋਰਟਰ ਹਾਂ ਕਿ ਹਰੇਕ ਬੰਦੇ ਨੂੰ ਜਿਹੜਾ ਉਹ ਬਾਹਰ ਆਣਾ ਚਾਹੀਦਾ ਆਪਣੀ ਘਰ ਦੀ ਜਿਹੜੀ ਉਹ ਗਰੀਬੀ ਜਿਹੜੀ ਉਹ ਦੂਰ ਕਰਨ ਦੇ ਲਈ ਤੇ ਲਗਾਤਾਰ ਤੁਸੀਂ ਵੀਡੀਓਜ਼ ਵੀ ਦੇਖਦੇ ਰਹਿੰਦੇ ਆ ਲੇਕਿਨ ਮੈਂ ਇਹੀ ਪੋਜ਼ਿਟਿਵਲੀ ਕਹਿਣਾ ਆ ਕਿ ਜਦੋਂ ਤੁਸੀਂ ਨਵੇਂ-ਨਵੇਂ ਆਨੇ ਆ ਥੋੜੀਆਂ ਪ੍ਰੋਬਲਮਾਂ ਹੁੰਦੀਆਂ ਆ ਲੇਕਿਨ ਮਿਹਨਤੀ ਆ ਜੇ ਤੁਸੀਂ ਤੇ ਕਦੀ ਨਾ ਕਦੀ ਜਿਹੜੀ ਉਹ ਸਕਸੈਸ ਜਿਹੜੀ ਆ ਉਹ ਹੋ ਜਾਂਦੀ ਆ ਅੱਜਕੱਲ ਥੋੜਾ ਮੁਸ਼ਕਲ ਆ ਤੇ ਵੀਰੋ ਗੱਲ ਇਹ ਵੀ ਇੱਕ ਪੱਕੀ ਆ ਕਿ ਇੰਡੀਆ ਦੇ ਵਿੱਚ 20-30 ਹਜ਼ਾਰ ਰੁਪਈਆ ਕਮਾਉਣ ਵਾਲਾ ਕਹਿੰਦਾ ਆ ਕਿ ਅਰਬ ਚ ਚਲੀਏ 40-45 ਕਮਾਈਏ 40-45 ਉੱਥੇ ਕਮਾਉਂਦਾ ਹੁੰਦਾ ਆ ਸਕੂਨ ਨਹੀਂ ਆਉਂਦਾ ਕਹਿੰਦਾ ਯੂਰਪ ਚ ਚਲੀਏ ਲੱਖ ਕਮਾਈਏ ਲੱਖ ਉੱਥੇ ਕਮਾਉਂਦਾ ਆ ਯੂਰਪ ਚ ਇੱਥੇ ਵੀ ਸਕੂਨ ਨਹੀਂ ਆਉਂਦਾ ਕਹਿੰਦਾ 2 ਲੱਖ ਕਮਾਈਏ 3 ਲੱਖ ਕਮਾਈਏ ਆਸਟ੍ਰੇਲੀਆ ਕੈਨੇਡਾ ਅਮਰੀਕਾ ਜੁੱਕੇ ਚਲੀਏ ਲੇਕਿਨ ਵੀਰੋ ਇਹ ਵੀ ਇੱਕ ਕੌੜਾ ਸੱਚ ਆ ਕਿ ਕਈ ਵਾਰੀ ਅਸੀਂ ਮਨ ਦੇ ਵਿੱਚ ਇੰਨੇ ਵੱਡੇ ਵੱਡੇ ਸੁਪਨੇ ਤੇ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਉਹ ਧਿਆ ਲੰਨੇ ਆ ਜੋ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹਿ ਸਕਦੇ ਆ ਥੋੜੀਆਂ ਜਿਹੀਆਂ ਨਾਮ ਉਹਨਕੇ ਨਾਂ ਪਹਿਲਾਂ ਵਰਗੇ ਵਿਦੇਸ਼ਾਂ ਦੇ ਹਾਲਾਤ ਨਹੀਂ ਹੁੰਦੇ ਪਹਿਲਾਂ ਹਾਲਾਤ ਬਹੁਤ ਚੰਗੇ ਸੀ ਪੋਪੂਲੇਸ਼ਨ ਘੱਟ ਸੀਗੀ ਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਕੰਮ ਵੀ ਮਿਲ ਜਾਂਦਾ ਸੀਗਾ ਆਸਾਨੀ ਦੇ ਨਾਲ ਔਰ ਇੱਥੇ ਸਹੂਲਤਾ ਵੀ ਸੀਗੀਆਂ ਲੇਕਿਨ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਹਰੇਕ ਜਗ੍ਹਾ ਦੇ ਉੱਤੇ ਪ੍ਰੋਬਲਮ ਆਇਆ ਲਾਈਨਾਂ ਜਿਹੜੀਆਂ ਕਹਿੰਦੇ ਸੀ ਉਹ ਸਿਰਫ ਭਾਰਤ ਦੇ ਵਿੱਚ ਹੀ ਹੁੰਦੀਆਂ ਆ ਲਾਈਨਾਂ ਦਾ ਕਨਸੈਪਟ ਕਹਿੰਦੇ ਹੈ ਵੀ ਲਾਈਨ ਦੇ ਵਿੱਚ ਖੜੇ ਹੋਣ ਦਾ ਕਨਸੈਪਟ ਬਾਹਰਲੇ ਮੁਲਕਾਂ 'ਚ ਨਹੀਂ ਹੈਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਬਾਹਰਲੇ ਮੁਲਕਾਂ ਵਿੱਚ ਵੀ ਲਾਈਨਾਂ 'ਚ ਖੜੇ ਹੋਣਾ ਪੈਂਦਾ ਆ ਡਾਕਟਰੀ ਦੇ ਹਾਲਾਤ ਦੇਖ ਲਓ ਹਰੇਕ ਚੀਜ਼ ਦਾ ਕਹਿਣ ਦਾ ਭਾਵ ਕੀ ਅੱਜਕੱਲ੍ਹ ਸਭ ਕੁਝ ਡਾ ਉਹ ਪੋਪੂਲੇਸ਼ਨ ਦੇ ਕਰਕੇ ਸੇਮ ਹੀ ਹੋ ਰਿਹਾ ਆ ਵੀਰੋ ਕੋਈ ਇਦਾਂ ਦੀ ਗੱਲ ਮੇਰਾ ਕਹਿਣ ਦਾ ਕਿਸੇ ਨੂੰ ਮਕਸਦ ਨਹੀਂ ਹੈਗਾ ਕਿ ਤੁਸੀਂ ਆਓ ਨਾ ਜਾਂ ਫਿਰ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਡਿਸਕਰੇਜ ਨਹੀਂ ਕਰਦਾ ਜਿਵੇਂ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਕਿ ਇੱਥੇ ਬਹੁਤ ਬੁਰਾ ਹਾਲ ਆ ਜਾਂ ਫਿਰ ਅੱਜਕੱਲ ਇੰਡੀਆ ਦੇ ਵਿੱਚ ਬਹੁਤ ਵਧੀਆ ਹੋ ਗਿਆ ਆ ਕਹਿਣ ਦਾ ਭਾਵ ਆ ਕਿ ਸੋਚ ਆਪੋ ਆਪਣੀ ਆ ਤੁਸੀਂ ਜੇਕਰ ਇੰਡੀਆ ਦੇ ਵਿੱਚ 50 60 70000 ਰੁਪਇਆ ਲੈ ਰਹੇ ਆ ਤੇ ਘੁੰਮਣ ਦੇ ਲਈ ਇੱਕ ਟੂਰਿਸਟ ਵੀਜ਼ਾ ਲੈ ਕੇ ਬਾਹਰ ਦੇ ਹਾਲਾਤ ਜਾ ਕੇ ਦੇਖ ਲਓ ਅੱਜ ਕੱਲ ਬਹੁਤ ਈਜ਼ੀ ਆ ਵੀਜ਼ੇ ਲੈਣੇ ਕੋਈ ਐਡੇ ਔਖੇ ਨਹੀਂ ਹੈਗੇ ਸਹੀ ਤਰੀਕੇ ਨਾਲ ਚਲੋ ਤੇ ਵੀਜ਼ੇ ਮਿਲ ਹੀ ਜਾਂਦੇ ਆ ਤੇ ਤੁਸੀਂ ਹਾਲਾਤ ਦੇਖ ਕੇ ਫਿਰ ਤੁਸੀਂ ਇੱਥੇ ਆ ਕੇ ਆਪਣਾ ਸਿਸਟਮ ਦੇਖੋ ਤੇ ਫਿਰ ਜੇ ਤੁਹਾਨੂੰ ਲੱਗਦਾ ਆ ਕਿ ਦਿਹਾੜੀ ਮਜ਼ਦੂਰੀ ਲੇਬਰ ਜੇ ਤੁਸੀਂ ਕਰ ਸਕਦੇ ਆ ਤੇ ਤੁਸੀਂ ਇੱਥੇ ਜ਼ਰੂਰ ਰੋ ਤੇ ਜੇਕਰ ਤੁਹਾਨੂੰ ਲੱਗਦਾ ਆ ਕਿ ਨਹੀਂ ਥੋੜੀ ਖਾਲ ਮੰਗੇ ਲੇਕਿਨ ਆਪਾਂ ਆਪਣੀਆਂ ਜ਼ਰੂਰਤਾਂ ਭਾਰਤ ਦੇ ਵਿੱਚ ਵੀ ਪੂਰੀਆਂ ਕਰਦੇ ਪਏ ਆ ਤੇ ਤੁਸੀਂ ਉੱਥੇ ਜਿਹੜੀ ਆਪਣੀ ਉਹ ਸੈਟੀਸਫਾਈਡ ਜ਼ਿੰਦਗੀ ਜੀ ਸਕਦੇ ਆ ਇਸ ਤੋਂ ਇਲਾਵਾ ਵੀਰੋ ਗੱਲ ਇਦਾਂ ਆ ਕਿ ਉੱਥੇ ਬੈਠ ਕੇ ਅਸੀਂ ਇਦਾਂ ਬਹੁਤ ਸੋਚਦੇ ਆ ਕਿ ਸਟੋਰਾਂ 'ਚ ਕੰਮ ਮਿਲ ਜਾਊਗਾ ਦੁਕਾਨਾਂ 'ਚ ਮਿਲ ਲਊਗਾ ਵੀਰੋ ਇੱਥੇ 12 12 14 14 16 16 ਘੰਟੇ ਦੀਆਂ ਸ਼ਿਫਟਾਂ ਆ ਔਰ ਫਿਰ ਇੱਥੇ ਆ ਕੇ ਕੋਈ ਵੀ ਐਕਸਕਿਊਜ਼ ਨਹੀਂ ਚੱਲਦਾ ਕੰਮ ਕਰੋਗੇ ਤਾਂ ਹੀ ਜ਼ਿੰਦਗੀ ਚੱਲੇਗੀ ਨਹੀਂ ਤਾਂ ਜਿਹੜਾ ਆ ਉਹ ਤੁਹਾਨੂੰ ਜਦੋਂ ਤੁਸੀਂ ਕਹਿ ਦਿਓ ਬ੍ਰੇਕ ਵੱਜ ਜਾਂਦੀ ਆ ਤੇ ਗੱਡੀ ਰੁਕ ਜਾਂਦੀ ਆ ਇਹੀ ਸਿਸਟਮ ਇੱਥੇ ਆ ਤੈ ਉਮਰ ਸਾਰੀ ਉਮਰ ਟੈਕਸ ਘਰਾਂ ਦੀਆਂ ਕਿਸ਼ਤਾਂ ਇਸ ਤੋਂ ਇਲਾਵਾ ਜਿਹੜਾ ਤੁਸੀਂ ਨਾਲ-ਨਾਲ ਆਪਣੇ ਦਿਮਾਗ 'ਚ ਸਟ੍ਰੈਸ ਪਾਲਦੇ ਆ ਕਿਉਂਕਿ ਵੀਰੋ ਠੱਗੀਆਂ ਇੱਥੇ ਵੀ ਕਰਨੀਆਂ ਪੈਂਦੀਆਂ ਆ ਲੋਕਾਂ ਦੇ ਪੈਸੇ ਇੱਥੇ ਵੀ ਖਾਣੇ ਪੈਂਦੇ ਆ ਤਾਂ ਹੀ ਇੱਕ ਤੋਂ ਦੋ ਦੋ ਤੋਂ ਤਿੰਨ ਘਰ ਬੰਦੇ ਆ ਲੇਕਿਨ ਫੀਰ ਉਸ ਦਾ ਜਿਹੜਾ ਭੁਗਤਾਨ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਕਰਨਾ ਪੈਂਦਾ ਸੋ ਸਾਰੀਆਂ ਗੱਲਾਂ ਨੂੰ ਸੋਚਿਆ ਕਰੋ ਰਿਸਰਚ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ YouTube ਵਗੈਰਾ ਤੇ ਦੇਖਦੇ ਆ ਸੋਸ਼ਲ ਮੀਡੀਆ ਤੇ ਸਭ ਸਹੀ ਹੁੰਦਾ ਆ ਸੋ ਰਿਸਰਚ ਵੀ ਕਰਿਆ ਕਰੋ ਤੇ ਉਸ ਤੋਂ ਬਾਅਦ ਹੀ ਵਿਦੇਸ਼ਾਂ ਦਾ ਜਿਹੜਾ ਉਹ ਡਿਸੀਜਨ ਲਿਆ ਕਰੋ ਬਾਕੀ ਬਾਅਦ ਦੇ ਵਿੱਚ ਰੋਣ ਦਾ ਕੁਝ ਨਹੀਂ ਹੁੰਦਾ ਜੇਕਰ ਤੁਸੀਂ ਆ ਗਏ ਹੋਏ ਆ ਤੇ ਅੱਗੇ ਨੂੰ ਮੋਟੀਵੇਟ ਹੁੰਦੇ ਰਹੋ ਤੇ ਅੱਗੇ ਨੂੰ ਹਿੰਮਤ ਕਰਦੇ ਰਹੋ ਮਿਹਨਤ ਕਰਦੇ ਰਹੋ ਰੱਬ ਤੁਹਾਨੂੰ ਬਾਹਰਲੇ ਮੁਲਕਾ 'ਚ ਵੀ ਜ਼ਰੂਰ ਕਾਮਯਾਬ ਕਰੇਗਾ ਸੋ ਆਓ ਲੱਖਾਂ ਕਰੋੜਾ ਕਮਾਓ ਲੇਕਿਨ ਪਿੱਛੇ ਵੀ ਜਿਹੜਾ ਆਪਣਾ ਸਿਸਟਮ ਹੋ ਉਹ ਜ਼ਰੂਰ ਦੇਖ ਕੇ ਆਓ ਕਿ ਤੁਸੀਂ ਦਿਹਾੜੀ ਮਜ਼ਦੂਰੀ ਜਿਹੜੀ ਉਹ ਕਰ ਸਕਦੇ ਆ ਜਾਂ ਨਹੀਂ ਬਾਕੀ ਦੋਸਤੋ ਤੁਸੀਂ ਆਪ ਬਹੁਤ ਸਮਝਦਾਰ ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ ਵੱਡੀਆਂ ਵੱਡੀਆਂ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ ਜੋ ਹੈ ਉਹ ਤੁਹਾਨੂੰ ਦੱਸਤਾ ਹਾਂ